ਇੱਥੇ ਮੈਨੂੰ ਵੀਰ ਮਿਲ ਰਿਹਾ ਸੀ ਸੁਖਵੀਰ ਸਿੰਘ ਨਾਂ ਸੀ ਉਹਦਾ ਸ਼ਾਇਦ ਵਿੱਚ ਹੀ ਬੈਠਾ ਹੋਵੇ ਉਹ ਬੜਾ ਪਹਿਲਵਾਨ ਬਣ ਗਿਆ ਬੋਡੀ ਬੜੀ ਵਧੀਆ ਬਣਾ ਲਈ ਹੁਣ ਅੱਗੇ ਵਧ ਰਿਹਾ ਮਿਹਨਤ ਕਰਦਾ ਤੇ ਮੈਂ ਗੱਲ ਸੋਚਦਾ ਸੀ ਕਿ ਨਸ਼ਿਆਂ ਦੀ ਦਲਦਲ ਆ ਮੇਰੇ ਖਿਆਲ ਆ ਮੁੰਡਾ ਤੁਰਿਆ ਆਉਂਦਾ ਚਿੱਟੀ ਰੁਮਾਲ ਬੰਨੀ ਜਿੰਨੇ ਤੇ ਵੇਖੋ ਕਿੰਨਾ ਸੋਹਣਾ ਸਰੀਰ ਫਿੱਟ ਕਰ ਲਿਆ ਕਿ ਨਹੀਂ ਬਣਾ ਲਿਆ ਤੇ 40 ਸਾਲ ਦੀ ਉਮਰ ਹੋ ਗਈ ਨਸ਼ਿਆਂ ਦੇ ਵਿੱਚ ਫਸਿਆ ਪਿਆ ਭੈੜੇ ਨਸ਼ਿਆਂ 'ਚ ਇਹੋ ਜਿਹੇ ਨਸ਼ੇ ਵੀ ਕੀਤੇ ਮੈਨੂੰ ਕਹਿੰਦਾ ਮੈਂ ਨਾੜ ਨਾੜ ਵਿੰਨੀ ਫਿਰਦਾ ਆਪਣੇ ਸਰੀਰ ਦੀ ਇੰਨੀਆਂ ਸੂਈਆਂ ਮਾਰਦਾ ਸੀ ਇੰਨੇ ਨਸ਼ੇ ਕਰਦਾ ਸੀ ਤੇ ਮੈਨੂੰ ਕਹਿੰਦੇ ਤੁਹਾਡਾ ਧੰਨਵਾਦ ਕਰਨਾ ਜੀ ਤੁਸੀਂ ਭਾਈ ਸਾਹਿਬ ਸਾਨੂੰ ਸਿਖਾਉਂਦੇ ਐ ਵੀ ਹਿੰਮਤ ਕਰੋ ਬੰਦਾ ਕਰ ਸਕਦਾ ਹੈ ਬੰਦਾ ਨਿਕਲਣਾ ਚਾਹਵੇ ਤੇ ਭੈੜੀ ਦਲਦਲ 'ਚੋਂ ਨਿਕਲ ਸਕਦਾ ਇਹ ਧੰਨਵਾਦ ਮੇਰਾ ਨਹੀਂ ਬਈ ਇਹ ਚੇਤਾ ਰੱਖਣ ਵਾਲੀ ਗੱਲ ਹੈ ਮੈਂ ਰਾਤ ਵੀ ਕਿਹਾ ਸੀ ਗਿਆਨ ਵੱਲ ਨਾ ਵੇਖਿਓ ਵੇਖਿਓ ਆਪਣੇ ਹੁੰਗਾਰਿਆਂ ਵੱਲ ਤੁਹਾਡੇ ਅੰਦਰ ਹੁੰਗਾਰੇ ਕਿਹੜੇ ਚੱਲਦੇ ਐ ਚੇਤਾ ਰੱਖਣਾ ਮੈਂ ਇੱਥੇ ਬੋਲਦਾ ਹੁੰਦਾ ਹੈ ਤੁਸੀਂ ਮੇਰੀਆਂ ਗੱਲਾਂ ਵੇਖਦੇ ਆ ਵੀ ਮੈਂ ਠੀਕ ਕਹੀ ਹੈ ਗਲਤ ਕਹੀ ਹੈ ਤੁਸੀਂ ਕਹਿੰਦੇ ਵਧੀਆ ਬੋਲਿਆ ਪਰ ਤੁਸੀਂ ਵੇਖਣਾ ਹੁੰਦਾ ਆਪਣਾ ਹੁੰਗਾਰਾ ਵੀ ਮੈਂ ਕਿਹੜੀ ਗੱਲ ਤੇ ਆਪਣੇ ਦਿਲੋਂ ਹੁੰਗਾਰਾ ਭਰਿਆ ਕਿਸ ਗੱਲ ਨੂੰ ਮੈਂ ਹਾਂ ਕੀਤੀ ਅੰਦਰੋਂ ਹੁਣ ਨਸ਼ੈੜੀ ਮੁੰਡੇ ਦੇ ਚੇਂਜ ਹੋਣ ਤੋਂ ਬਾਅਦ ਘਰੇ ਲੋਕ ਇੰਟਰਵਿਊ ਲੈਣ ਆਉਂਦੇ ਆ ਪੱਤਰਕਾਰ ਆਉਂਦੇ ਆ ਵੀ ਤੂੰ ਐਡਾ ਤਕੜਾ ਸਰੀਰ ਕਿਵੇਂ ਬਣਾ ਲਿਆ ਐਡੇ ਭੈੜੇ ਨਸ਼ਿਆਂ 'ਚ ਪਿਆ ਬੰਦਾ ਆਪਣੀ ਬੋਡੀ ਨੂੰ ਐਡਾ ਵਧੀਆ ਕਿਵੇਂ ਬਣਾ ਸਕਦਾ ਹੈ ਸਰੀਰ ਗਾਲਿਆ ਹੋਇਆ ਠੀਕ ਕਰ ਲਿਆ ਹੁਣ ਮਰਜ਼ੀ ਸਾਡੀ ਹੈ ਭਾਈ ਪਾਪ ਮਗਰੋਂ ਲਾਈਦੇ ਨੇ ਆਪ ਐਬ ਮਗਰੋਂ ਲਾਈਦੇ ਆ ਆਪ ਖਹਿੜਾ ਛੱਡੀਦਾ ਆਪ ਕੱਲ ਵੀ ਮੈਂ ਛੋਟਾ ਜਿਹਾ ਬੋਲਿਆ ਸੀ ਦੋ ਨੌਜਵਾਨਾਂ ਦੀ ਖਬਰ ਸੀ ਇੱਕ ਜਗਰਾਉਂ ਦੇ ਏਰੀਏ ਵਿੱਚ ਸੀ ਇੱਕ ਹੋਰ ਸੀ ਦੋ ਜਗ੍ਹਾ ਦੀ ਤੇ ਸਾਰੀਆਂ ਅਖਬਾਰਾਂ ਵਿੱਚ ਖਬਰ ਲੱਗੀ ਹੋਈ ਸੀ ਦੋਵੇਂ ਥਾਵਾਂ ਤੇ ਨੌਜਵਾਨਾਂ ਨੇ ਨਸ਼ੇ ਕਰਕੇ ਆਪਣੀਆਂ ਮਾਵਾਂ ਨੂੰ ਮਾਰਿਆ ਕਤਲ ਕਰਤੀਆਂ ਮਾਵਾਂ ਇੱਕ ਨੇ ਕਈ ਨਾਲ ਮਾਰਤੀ ਕਈ ਨਾਲ ਹੀ ਵੱਢਤੀ ਮਾਂ ਇੱਕ ਨੇ ਉਹਦਾ ਮਤਲਬ ਦੋ ਮਾਵਾਂ ਦੀ ਖਬਰ 'ਚ ਲੱਗੀ ਸੀ ਨਸ਼ੈੜੀ ਬੱਚਿਆਂ ਨੇ ਮਾਵਾਂ ਮਾਰਤੀਆਂ ਆਪਣੀਆਂ ਕਤਲ ਕਰਤੀਆਂ ਮਹਾਰਾਜ ਨੇ ਕਿੰਨੇ ਸਾਲ ਪਹਿਲਾਂ ਕਿਹਾ ਵੀ ਜਦੋਂ ਬੰਦਾ ਨਸ਼ਾ ਕਰਦਾ ਹੈ ਤੇ ਬਰਲ ਪਵੈ ਵਿੱਚ ਆਏ ਕਹਿੰਦੇ ਕਮਲ ਮਾਰਨ ਲੱਗ ਜਾਂਦਾ ਜਿੱਤ ਪੀਤੇ ਮਤ ਦੂਰ ਹੋਏ ਮਤ ਦੂਰ ਹੋ ਜਾਂਦੀ ਹੈ ਤੇ ਕਮਲ ਮਾਰਨ ਲੱਗ ਜਾਂਦਾ ਬੌਲਾ ਬਣ ਜਾਂਦਾ ਬੁਰੇ ਭਲੇ ਦੀ ਪਛਾਣ ਨਹੀਂ ਰਹਿੰਦੀ ਇੱਕ ਉਹ ਬੁਰਾ ਬੁਰਾ ਕੀ ਹੈ ਭਲਾ ਕੀ ਹੈ ਮੇਰੇ ਲਈ ਗਲਤ ਕੀ ਹੈ ਮੇਰੇ ਲਈ ਠੀਕ ਕੀ ਹੈ ਕਹਿੰਦੇ ਇਹਦਾ ਪਤਾ ਹੀ ਨਹੀਂ ਲੱਗਦਾ ਪਾਗਲ ਹੋ ਜਾਂਦਾ ਹੈ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਤੇ ਵੀਰੋ ਭੈਣੋ ਇਹ ਐਬ ਨੇ ਜਿਹੜੇ ਇਹਨਾਂ ਨੂੰ ਮਗਰੋਂ ਆਪ ਲਾਉਣਾ ਪੈਣਾ ਹੈ ਮੇਰੇ ਵਰਗਾ ਇੱਥੋਂ ਕਹਿ ਸਕਦਾ ਸਿਹਤ ਦਾ ਧਿਆਨ ਰੱਖਿਓ ਇੰਨਾ ਮੈਂ ਕਹਿ ਦਿੱਤਾ ਅੱਗੇ ਜਾ ਕੇ ਤੇ ਜਿਮ ਆਪ ਕਰਨੀ ਪੈਣੀ ਦੋ ਦੋ ਘੰਟੇ ਮੁੜਕਾ ਕੱਢਣਾ ਪੈਣਾ ਕਿ ਨਹੀਂ ਉਹ ਮਿਹਨਤ ਤੇ ਸਾਰੀ ਆਪਣੀ ਹੋਊ ਉੱਥੇ ਮੈਂ ਕੀ ਕਰ ਲੈਣਾ ਹੈ ਬਦਲਦਾ ਉਹ ਹੈ ਜਿਹੜਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਪੜਾਇਆ ਸਾਰਿਆਂ ਨੂੰ ਜਾਂਦਾ ਹੈ ਪਰ ਪਾਸ ਉਹ ਬੱਚਾ ਹੁੰਦਾ ਹੈ ਜਿਹੜਾ ਹੋਣਾ ਚਾਹੁੰਦਾ ਹੈ ਇਹਦਾ ਕ੍ਰੈਡਿਟ ਮੈਂ ਨਹੀਂ ਲੈ ਸਕਦਾ ਸਮਝ ਲੈਣਾ ਇਹਦਾ ਕ੍ਰੈਡਿਟ ਮੈਂ ਨਹੀਂ ਲੈ ਸਕਦਾ ਮੈਂ ਲੋਕਾਂ ਨੂੰ ਬਦਲਿਆ ਬਿਲਕੁਲ ਨਹੀਂ ਜੇ ਮੈਂ ਬਦਲ ਸਕਦਾ ਹੁੰਦਾ ਮੈਂ ਤੇ ਲੱਖਾਂ ਨੂੰ ਸੁਣਾਇਆ ਬਦਲੇ ਉਹ ਹੈ ਜਿਹੜੇ ਬਦਲਣਾ ਚਾਹੁੰਦੇ ਹੈ ਮੇਰੇ ਪ੍ਰਚਾਰ ਨੇ ਨਹੀਂ ਬਦਲਿਆ ਜੇ ਤੁਹਾਨੂੰ ਬਦਲਿਆ ਤੁਹਾਡੇ ਹੁੰਗਾਰਿਆਂ ਨੇ ਬਦਲਿਆ ਤੁਹਾਡੇ ਹੁੰਗਾਰਿਆਂ ਨੇ ਮੇਰੀ ਗੱਲ ਨੂੰ ਜਿਹਨੇ ਹੁੰਗਾਰਾ ਦਿੱਤਾ ਉਹ ਬਦਲਿਆ ਪ੍ਰਚਾਰ ਨਹੀਂ ਬਦਲਦਾ ਮੈਂ ਤੁਹਾਨੂੰ ਫੇਰ ਕਹਿ ਦਿਆਂ ਗੁਰਬਾਣੀ ਨਾਲ ਨਹੀਂ ਬਦਲਿਆ ਬਦਲਿਆ ਉਹ ਹੈ ਜਿਹਨੂੰ ਲੋਕਾਂ ਨੇ ਗੁਰਬਾਣੀ ਨੂੰ ਹੁੰਗਾਰਾ ਜਿਨ੍ਹਾਂ ਨੇ ਦਿੱਤਾ ਗੁਰੂ ਨਾਨਕ ਨੂੰ ਹੁੰਗਾਰਾ ਦੇ ਬਾਬੇ ਕਬੀਰ ਸਾਹਿਬ ਨੂੰ ਹੁੰਗਾਰਾ ਦੇ ਰਵਿਦਾਸ ਮਹਾਰਾਜ ਨੂੰ ਹੁੰਗਾਰੇ ਦਿਆ ਕਰੋ ਤੇ ਸਾਡੀ ਪ੍ਰੋਬਲਮ ਇਹ ਰਹੀ ਹੈ ਅਸੀਂ ਇਹਨਾਂ ਨੂੰ ਹੁੰਗਾਰਾ ਨਹੀਂ ਦਿੱਤਾ ਉਹਨਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਈ ਜੇ ਕਿਤੇ ਅਸੀਂ ਹਾਂ 'ਚ ਹਾਂ ਮਿਲਾਉਂਦੇ ਸਾਡੀ ਜ਼ਿੰਦਗੀ ਵੀ ਸੋਹਣੀ ਹੋ ਜਾਂਦੀ ਤਾਂ ਕਰਕੇ ਜਿੱਦਾਂ ਦੇ ਅੱਜ ਅਸੀਂ ਹਾਂ ਇਹਦੇ ਜ਼ਿੰਮੇਵਾਰ ਅਸੀਂ ਖੁਦ ਹਾਂ
जे नशियां दी दलदल विच फसे होए आ जिंदगी बर्बाद कर रहे हैं इहदा भी जिम्मेवार मैं हाँ ते मैं अपने आप नूं ठीक करना है मैं नशियां चों कढ़ना है इहदा क्रैडिट भी फिर मैनू मिलू आ साडे मनमोहन सिंह बैठा बनाउंदे ने इंटरव्यू आ करदे नहीं चैनल चलाउंदे एमपी चलदा है मैनू कहिंदा ऐ हथ कंबदा ऐ कंबदा ते मेरे पिता दा भी हथ कंबदा है मतलब 80 साल की उम्र तक जांदिया मैं ते ऐ कंबू ते सारी जिंदगी जिम नहीं की हुण 50 साल की उम्र में जिम वाले कोल जाण लग्गिया ते 3 महीनों में कहिंदे ऐ पकड़ ऐ मुट्ठी नहीं सी मीच हुंदी ऐ हो गया शरीर तकड़ा ते 2 घंटे लाउणे पैंदे ऐ सवेरे जाके सवेरे कहिंदा 2 घंटे ला के आउंदा तां ऐ लगदा भी मजबूती आई है जान पई है शरीर विच बस जदों मर्जी जदों जागो उदों ही सवेरा जदों हिम्मत करोगे उदों ही गल बन जू इत्थे अरदास कराई जाने हैं महाराज सुख दियो सेहत की तंदुरुस्ती दियो लंगर च पकौड़े चलते हुण 2 प्लेटां भर लैंदा अगला इत्थे अरदास करदा गोडे नहीं दुखणो हटदे आहो हुण तेरे मालिश करिए ना तेरे ऐदां हाल होया पै साडा जिस तरह का बीज रहे हैं उदां दा वढ रहे हैं कई गलतियां कल्यां दियां साडियां कई सांझियां गलतियां भी होंदियां कई बारी सवाल पैदा होंदे ना दिमाग फिर लंगड़ा बंदा किवें पैदा हो जांदा भी दोष ते बंदे दा अपने कर्मां दा जिहड़ा बंदा लंगड़ा पैदा हो जांदा जम्मिया ही है उहने किहड़ा पाप कीता आउंदे नहीं सवाल इदां दे दिमाग च इदां दे सवाल कई बारी आ जांदे मन च भी बंदा लंगड़ा पैदा किवें हो जांदा फिर उहने किहड़े पाप कीते है फिर साडे धर्म विच सानूं दस्सणगे इहदे पिछले जन्मां दे पाप है नहीं नहीं इदां दा कुछ नहीं समझ लियो एक गलती हुंदी है कल्यां दी ते एक गलती हुंदी है सांझी जिहड़ी सांझी गलती है उहदा शिकार कई वारी आपां सारे हो जांदे आ जिवें कोरोना बीमारी आई है ये एनवायरमेंट चेंज होया है सिस्टम माड़ा है ये सांझी गलती विच आउंदा है जिवें हुण नोट करो बई मीह घट पवे बरसातां घट गईआं पहले समयां विच दरख्त भी ज़्यादा हुंदे सी ऑक्सीजन की मात्रा ज़्यादा हुंदी सी ते बरसातां भी ज़्यादा पैंदीआं सी हुण ऑक्सीजन की मात्रा घट गई दरख्त घट घट गए ते बरसातां भी घट गईआं हुण मीह ना पवे ते एक बंदा कहे भी मैं ते 100 दरख्त लाया है तेरे 100 करके बदली नहीं आनी सांझी गलती यह है भी दरख्त ज्यादा लोगों ने पट दिते है ज्यादातर जिहड़ा समुचता विच सोचोगे जदों यह सांझी गलती करके हो रहा बरसात जे घट गई तू भी ला भी ले दरख्त तां गल बणू जे सारे लाउणगे सारियां दी गलती दे विच भी हुंदा है इसे तरह जदों न्याणे पैदा हुंदे है कई बच्चे शिकार हुंदे है बीमारियां दे कईआं नूं पोलियो हुंदा जम्मदिआं नूं हुण इह सांझी गलती सी कोई ना कोई बीमारी सी कोई रोग सी जिहदा पता नहीं सी हुण मावां नूं पहलां कौण दसदा हुंदा सी भी आह चीज़ खाणी है ते आह चीज़ नहीं खाणी अजकल किन्ने टीके लगे है इंजैक्शन लगे है इंडिया दे विच 95% तों ज़्यादा पोलियो खत्म हो गया पोलियो खत्म हो गया इहदा मतलब इह नहीं भी पहला रब की कृपा नहीं सी हुण रब की कृपा हो गई ऐ नहीं बंदे ने पहला दिमाग वरत्या नहीं सी हुण दिमाग वरत के टीका कढ लिया आखो सतनाम पहला दिमाग वरत्या नहीं सी हुण दिमाग वरत लिया हुण पोलियो का इंजैक्शन लगन लग गया पोलियो दियां बूंदां पिआउण लग गए पोलियो दियां बूंदां पिआउण लग गए हुण पोलियो जिवें कोरोना नाल किन्ने बंदे मर गए हुण इंजैक्शन आ गया जे हुण कम कर जे ये टीका ते कहना की पऊ भी रब दा कसूर नहीं सिस्टम माड़ा हो गया खुराकां साडियां माड़ियां हो गईआं बीमारी आ गई पहलां दिमाग वरत्या नहीं सी साल ते इन्ने बंदे मर गए हुण अपने दिमाग नूं वरत के इंजैक्शन कढ लिया टीका बना लिया इत्थे सारे थावां ते रब आऊ के विचाले खड़ा बंदा
ਬੰਦਾ ਅਸੀਂ ਕਰਨਾ ਹੁੰਦਾ ਹੈ ਇਹ ਸਾਡਾ ਹੈ ਅਗਲੇ ਦੇ ਕਿੱਡੇ ਭਾਗ ਨੇ ਕਿੱਡੀ ਲੋਟਰੀ ਲੱਗ ਗਈ ਬੰਦੇ ਦੀ ਕਈ ਕਹਿਣਗੇ ਵੀ ਇਹ ਵੇਖੋ ਇਹ ਭਾਗ ਹੀ ਹੋਏ ਵੀ 100 ਰੁਪਈਆ ਦਿੱਤਾ ਤੇ ਲੋਟਰੀ ਲੱਗ ਗਈ ਲੋਟਰੀ ਵਿੱਚ ਕੀ ਮਿਲਿਆ 1 ਕਰੋੜ ਤੇ ਇੱਕ ਚੰਗੇ ਕਰਮ ਹੀ ਨੇ ਹੋਰ ਕੀ ਹੈ ਉਹ ਨਹੀਂ ਰੱਬ ਨੇ ਨਹੀਂ ਕੀਤਾ ਭਾਈ ਇਹ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਲਾਟਰੀ ਪਾਈ ਹੈ ਸੁਣੋ 100 ਰੁਪਈਆ ਦਿੱਤਾ ਜਾਂ ਰਹੂ ਤੇ ਜਾਂ ਫਿਰ ਜਾਊ ਇਹ ਜਾਊ ਕਿੱਥੇ ਫਲਾ ਜਿਹਨੂੰ ਕਰੋੜ ਮਿਲਣਾ ਹੈ ਉਹਦੇ ਕੋਲ ਹਰ ਬੰਦਾ ਜਿਹੜਾ ਲਾਟਰੀ ਪਾ ਰਿਹਾ ਹੈ ਉਹ 100-100 ਰੁਪਈਆ ਇਕੱਠਾ ਕਰ ਰਿਹਾ ਹੈ ਕਿਹਨੂੰ ਦੇਣ ਲਈ ਕਿਸੇ ਇੱਕ ਦੀ ਨਿਕਲ ਆਵੇ ਇਹ ਰੱਬ ਨੇ ਨਹੀਂ ਕੀਤਾ ਇਹ ਤੁਸੀਂ ਕੀਤਾ ਜਿਨ੍ਹਾਂ ਨੇ 100-100 ਰੁਪਈਆ ਬਾਕੀਆਂ ਨੇ ਦਿੱਤਾ ਹੈ ਕਰੋੜ ਬੰਦੇ ਨੇ ਲਾਟਰੀ ਪਾਈ ਲੱਖ ਬੰਦੇ ਨੇ ਲਾਟਰੀ ਪਾਈ ਲੱਖ ਬੰਦੇ ਨੇ ਲਾਟਰੀ ਪਾਈ 100-100 ਰੁਪਈਆ ਉਹ ਜੋੜ ਗਿਆ ਉਹ ਇੱਕ ਨੂੰ ਨਿਕਲ ਆਇਆ ਇਹ ਰੱਬ ਨੇ ਨਹੀਂ ਕੀਤਾ ਇਹ ਅਸੀਂ ਆਪ ਹੀ ਫੈਸਲਾ ਕੀਤਾ ਅਸੀਂ 100-100 ਰੁਪਈਆ ਪਾਉਂਦੇ ਨਾ ਤੇ ਲਾਟਰੀ ਫਿਰ ਨਿਕਲਦੀ ਬੋਲੋ ਗੱਜ ਕੇ ਇਹ ਜਿਹੜਾ 100-100 ਰੁਪਈਆ ਪਾਇਆ ਲਾਟਰੀ ਤਾਂ ਹੀ ਨਿਕਲੀ ਫਿਰ ਇਹ ਲਾਟਰੀ ਤੁਸੀਂ ਲਾਈ ਹੈ ਉਹਦੀ ਕਿ ਰੱਬ ਨੇ ਲਾਈ ਹੈ ਬੋਲੋ ਇਹ ਤੁਸੀਂ ਲਾਈ ਹੈ ਲਾਟਰੀ ਜਿਨ੍ਹਾਂ ਨੇ 100-100 ਦਿੱਤਾ ਹੈ ਤੁਸੀਂ 100-100 ਦਿੰਦੇ ਨਾ ਉਹਦੀ ਲਾਟਰੀ ਕਿੱਥੋਂ ਲੱਗ ਜਾਂਦੀ ਸਮਝਦੇ ਆ ਗੱਲ ਤਾਂ ਕਰਕੇ ਇਹ ਐ ਨਹੀਂ ਇਹ ਸਾਡਾ ਫੈਸਲਾ ਹੈ ਬੰਦਿਆਂ ਦਾ ਫੈਸਲਾ ਇੱਕ ਨੂੰ ਨਿਕਲਣੀ ਸੀ ਨਿਕਲ ਆਈ ਤੇ ਸਭ ਨੇ ਸੋਚਿਆ ਜਾਂ ਮਿਲ ਜੂ ਜਾਂ ਫਿਰ ਮੇਰੇ ਵਾਲਾ 100 ਵੀ ਜਾਊ ਤੇ ਤੇਰੇ ਵਾਲਾ ਉਹਦੇ ਖਾਤੇ 'ਚ ਹੀ ਜਾਊ ਫਿਰ ਸਾਰਿਆਂ ਦਾ 100-100 ਗਿਆ ਤੇ ਇੱਕ ਨੂੰ ਕਿੰਨਾ ਮਿਲ ਗਿਆ ਵੇਖੋ ਹੁਣ ਇਦਾਂ ਨਹੀਂ ਵੀ ਇਹਦੇ ਭਾਗ ਜਾਗ ਪਏ ਜੀ ਅੱਜ ਇਹਦੇ ਐਂ ਹੋ ਗਿਆ ਇਦਾਂ ਨਾ ਸੋਚੋ ਭਾਗ ਜਾਗਦੇ ਨਹੀਂ ਭਾਗ ਜਗਾਉਣੇ ਪੈਂਦੇ ਐ ਭਾਗ ਜਗਾਉਣੇ ਪੈਂਦੇ ਐ ਆਪ ਜਗਾਉਣੇ ਪੈਂਦੇ ਐ ਮਿਹਨਤਾਂ ਕਰਕੇ ਹਿੰਮਤ ਕਰਕੇ ਕਿਸਮਤ ਵਿੱਚ ਲਿਖਿਆ ਹੋਊ ਐਂ ਹੀ ਕਰ ਲਓ ਕਿਸਮਤਾਂ ਆਪਣੀਆਂ ਆਪ ਲਿਖਣੀ ਐ ਜਿੱਦਾਂ ਦੇ ਕੰਮ ਕਰੋਗੇ ਲਿਖ ਲਓਗੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀਰ ਪੁੱਠਾ ਸਿੱਧਾ ਖਾਈ ਜਾਓ ਤੇਰੀ ਕਿਸਮਤ ਵਿੱਚ ਢਿੱਡ ਲਿਖਿਆ ਜਾਊ ਢਿੱਡ ਏਡਾ ਹੋ ਜਾਊ ਕਿਸਮਤ ਵਿੱਚ ਢਿੱਡ ਕਿੰਨੇ ਲਿਖਿਆ ਤੂੰ ਆਪ ਤੇ ਸਿਹਤ ਵਰਜਿਸ਼ ਕਰਿਆ ਕਰ ਦੋ ਦੋ ਘੰਟੇ ਜਾ ਕੇ ਜਿੰਮ ਕਰਿਆ ਕਰ ਇਹ ਡੋਲੇ ਕਿੰਨੇ ਲਿਖੇ ਤੇਰੀ ਕਿਸਮਤ ਵਿੱਚ ਤੈਂ ਆਪ ਹੁਣ ਦੇਖ ਲਓ ਕੀ ਲਿਖਣਾ ਜਿੱਦਾਂ ਦਾ ਮਰਜ਼ੀ ਲਿਖ ਲਓ ਤੁਸੀਂ ਲਿਖਣਾ ਕਿਸੇ ਨੇ ਨਹੀਂ ਲਿਖਣਾ ਤੁਸੀਂ ਲਿਖਣਾ ਤੇ ਸਾਨੂੰ ਇਹ ਨੁਕਤੇ ਗੁਰਬਾਣੀ ਤੋਂ ਸਮਝ ਆਉਣਗੇ ਜ਼ਿੰਦਗੀ ਸਾਡੀ ਸੋਹਣੀ ਬਣ ਜਾਣੀ ਹੈ ਤਾਂ ਕਰਕੇ ਜਿਵੇਂ ਜਿਵੇਂ ਅਕਲ ਆ ਰਹੀ ਹੈ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਜੋ ਸਮਝ ਆਵੇ ਹੁੰਗਾਰਾ ਦਿਓ ਹੁੰਗਾਰਾ ਦੇਣ ਦਾ ਮਤਲਬ ਹੈ ਸਿਰ ਹਿਲਾਉਣਾ ਹੀ ਨਹੀਂ ਹੁੰਗਾਰੇ ਆਉਣੇ ਚਾਹੀਦੇ ਅੰਦਰੋਂ ਵੀ ਆਹ ਕੰਮ ਮੈਨੂੰ ਪਤਾ ਲੱਗ ਗਿਆ ਅੱਜ ਤੋਂ ਬਾਅਦ ਨਹੀਂ ਮੈਂ ਕਰਨਾ ਆਹ ਕੰਮ ਮਾੜਾ ਹੈ ਅੱਜ ਤੋਂ ਬਾਅਦ ਨਹੀਂ ਮੈਂ ਕਰਨਾ ਆਹ ਕੰਮ ਗਲਤ ਹੈ ਅੱਜ ਤੋਂ ਬਾਅਦ ਮੈਂ ਨਹੀਂ ਕਰਨਾ ਇਸ ਇਹ ਸਤਿਗੁਰੂ ਜੀ ਦਾ ਗਿਆਨ ਲੈ ਕੇ ਜੀਵਨ ਸੋਹਣਾ ਬਣਾਉਣਾ ਹੈ ਜਿਨ੍ਹਾਂ ਨੇ ਰੁਸ਼ਨਾ ਦੇਣਾ ਆਨੰਦ ਹੀ ਆਨੰਦ ਆ ਜਾਣਾ ਸਾਡੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਹੁੰਗਾਰਾ ਭਰਦੇ ਰਹੀਏ